ਪੰਜਾਬ ਵਿੱਚ ਦਿਨੋਂ ਦਿਨ ਵੱਧ ਰਹੇ ਸੜਕੀ ਹਾਦਸਿਆਂ ਦੇ ਕਾਰਨ ਅਨੇਕਾਂ ਹੀ ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਜਾ ਰਹੀਆਂ ਹਨ। ਇਸ ਤਰ੍ਹਾਂ ਦਾ ਹੀ ਸੜਕੀ ਹਾਦਸਾ ਵਾਪਰਿਆ ਨਾਭਾ ਬਲਾਕ ਦੇ ਪਿੰਡ ਅਗੇਤਾ ਵਿਖੇ, ਜਿੱਥੇ ਪਿੰਡ ਨਰਮਾਣਾ ਦੇ ਰਹਿਣ ਵਾਲੇ 24 ਸਾਲ ਦੇ ਨੌਜਵਾਨ ਹਰਦੀਪ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਹਰਦੀਪ ਸਿੰਘ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹੈ, ਜੋ ਕਿ ਸਰਕਾਰੀ ਅਸਾਮੀ ਭਰ ਕੇ ਘਰ ਪਰਤ ਰਿਹਾ ਸੀ ਤਾਂ ਅਚਾਨਕ ਬੀਤੀ ਰਾਤ ਨੂੰ ਵਾਪਸੀ ਸਮੇਂ ਪਿੰਡ ਅਗੇਤਾ ਵਿਖੇ ਉਸਦਾ ਐਕਸੀਡੈਂਟ ਹੋ ਗਿਆ, ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਾ ਹੈ। ਪੁਲਿਸ ਵੱਲੋਂ ਟਰੈਕਟਰ ਟਰਾਲੀ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ। ਬ੍ਰਦਰ ਜੀ ਮੇਰਾ ਜੀ, ਇਹ ਨਾਭੇ ਜਾ ਰਹੇ ਸੀ ਪੋਸਟ ਭਰਨ ਜੀ, ਤਕਰੀਬਨ ਜੀ 4:30 ਘਰੋਂ ਤੁਰੇ ਜੀ, ਅਤੇ ਉੱਧਰ ਆਉਂਦੇ ਜੀ 7 ਵਜੇ ਵਾਪਸ ਆ ਰਹੇ ਜੀ। ਮੈਂ ਇਸ ਪਿੰਡ ਤੋਂ ਵਾਪਸ ਇੱਧਰ ਨਾਭੇ ਨੂੰ ਹੋ ਕੇ ਇੱਧਰ ਨੂੰ ਆ ਰਹੇ ਸੀ, ਅਤੇ ਆਉਂਦੇ ਜੀ ਬਸ ਸਾਨੂੰ ਫੋਨ ਆਏ ਵੀ ਇਹ ਕੰਮ ਹੋ ਗਿਆ। ਇਹ ਟਰੈਕਟਰ ਨਾਲ ਹੋਏ ਜੀ। ਉਮਰ ਜੀ ਇਹਦੀ 24 ਸਾਲ ਦੀ। ਨੌਕਰੀ ਫਾਰਮ ਭਰਨ ਵਾਸਤੇ ਗਏ ਸੀ, ਅਤੇ ਮਤਲਬ ਮਜ਼ਦੂਰੀ ਉਹ ਕਰਦਾ ਜੀ, ਦਿਹਾੜੀਆਂ ਕਰਦਾ ਬੰਦਾ। ਹਾਂ ਜੀ, ਮੇਰਾ ਭਰਾ ਜੀ ਛੋਟਾ ਮਿੱਥੋ ਜੀ, ਤਾਂ ਬਾਪ ਮਜ਼ਦੂਰੀ ਕਰਦਾ, ਖੇਤ ਮਜ਼ਦੂਰ ਨੇ। ਇਹ ਮੁੰਡਾ ਜਿਹੜਾ ਨੌਕਰੀ ਦੀਆਂ ਹੁਣ ਪੋਸਟਾਂ ਨਿਕਲੀਆਂ ਹੋਈਆਂ ਨੇ, ਉਹਨਾਂ ਦੇ ਲਈ ਫਾਰਮ ਭਰਦਾ ਫਿਰਦਾ ਜੀ। ਫਾਰਮ ਭਰ ਕੇ ਵਾਪਸ ਆ ਰਿਹਾ ਸੀ ਨਾਭੇ ਤੋਂ, ਅਤੇ ਰਸਤੇ ਦੇ ਵਿੱਚ ਟਰਾਲੀ ਟਰੈਕਟਰ ਆ ਰਿਹਾ ਸੀਗਾ, ਕੋਈ ਰੇਹ ਦੀ ਭਰੀ ਹੋਈ ਸੀ। ਉਹਨਾਂ ਦੀ ਸ਼ਨਾਖਤ ਹੋ ਚੁੱਕੀ ਆ ਬੰਦਿਆਂ ਦੀ, ਪਰ ਹੁਣ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਵੀ ਇਹ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ। ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਇਹਨਾਂ 'ਤੇ ਬਣਦੀ ਕਾਰਵਾਈ ਹੋਣੀ ਚਾਹੀਦੀ, ਸਾਨੂੰ ਇਨਸਾਫ ਮਿਲਣਾ ਚਾਹੀਦਾ। ਨਾਭਾ ਸਦਰ ਥਾਣਾ ਪੁਲਿਸ ਦੇ ਜਾਂਚ ਅਧਿਕਾਰੀ ਰਾਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ। ਇਸ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਬਣਦੀ ਕਾਰਵਾਈ ਕੀਤੀ ਜਾਵੇਗੀ। ਜੀ, ਰਾਤ ਨਾਲ ਸਿਵਲ ਹਸਪਤਾਲ ਨਾਭਾ ਤੋਂ ਇੱਕ ਡਾਕਟਰ ਰੁਕ ਆਇਆ ਸੀ, ਜੀ ਹਰਦੀਪ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਪਿੰਡ ਨਰਮਾਣਾ, ਇਹਦੀ ਮੌਤ ਹੋਈ ਹੈ, ਕਾਰਵਾਈ ਕੀਤੀ ਜਾਵੇ। ਮੌਕੇ 'ਤੇ ਜਾ ਕੇ ਦੇਖਿਆ ਵੀ ਐਕਸੀਡੈਂਟ ਹੋਇਆ ਹੋਇਆ, ਵਹੀਕਲ ਦੀ ਐਕਸੀਡੈਂਟ ਵਾਲੇ ਦੀ ਭਾਲ ਕਰ ਰਹੇ ਹਾਂ। ਤਫਤੀਸ਼ ਦੇ ਵਿੱਚ ਜਿਹੜਾ ਕੁਛ ਤੱਕ ਸਾਹਮਣੇ ਆਉਣਗੇ ਉਹਦੇ ਤਹਿਤ ਕਾਰਵਾਈ ਹੋ ਜੂਗੀ। ਜੋ ਉਸ ਟਰੈਕਟਰ ਟਰਾਲੀ ਦੇ ਵਿੱਚ ਵੱਜਣ ਕਰਕੇ ਐਕਸੀਡੈਂਟ ਹੋਇਆ ਇਹਦਾ, ਹਾਂ ਮੌਕੇ 'ਤੇ ਮੌਤ ਹੋ ਗਈ ਸੀ। ਉਹਦੀ ਬੋਡੀ ਸਿਵਲ ਹਸਪਤਾਲ ਨਾਲ ਪਹੁੰਚਾ ਦਿੱਤੀ। ਮਿਹਨਤ ਮਜ਼ਦੂਰੀ ਦੀ ਕੰਮ ਕਰਦਾ ਸੀ, ਗਰੀਬ ਪਰਿਵਾਰ ਦਾ ਸੀ। ਨਾਭਾ ਤੋਂ ਰਾਕੇਸ਼ ਜਿੰਦਲ ਦੀ ਰਿਪੋਰਟ, ਯੁਗਮਾਰਕ ਟੀਵੀ।